ਕਾਢਿਤ ਚਿਹਤੇ ਕਲਾਕਾਰਾਂ ਦੇ ਨਾਲ ਖਾਸਤਲ ਪ੍ਰੋਗਰਾਮ ਜੀਆਂ ਆਨੁ ਦੇ ਸਾਰੇ ਪਰਦੇਸਾਂ ਵਿੱਚ ਬੈਠੇ ਜੀਆਂ ਆਨੁ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ ਹੈ। ਪਰਦੇਸ ਵਰਡ ਅੱਜ ਬਹੁਤ ਹੀ ਖੂਬਸੂਰਤ ਤੇ ਸੂਈਟੇਬਲ ਲੱਗ ਰਿਹਾ ਜ ਵਰਤਨਾ ਕਿਉਂਕਿ ਕਲਾ ਜਿਹੜੀ ਹੈਗੀ ਉਹ ਕਿਸੇ ਵੀ ਹੱਦਾਂ ਦੇ ਵਿੱਚ ਪਰੋਈ ਨਹੀਂ ਜਾ ਸਕਦੀ। ਕਲਾ ਨੂੰ ਕਿਸੇ ਵੀ ਢੰਗ ਦੇ ਨਾਲ ਬੰਨਿਆ ਨਹੀਂ ਜਾ ਸਕਦਾ ਇਸੇ ਕਰਕੇ ਸਾਡੇ ਆਪਣੇ ਹਮਵਤਨ ਪਾਕਿਸਤਾਨ ਤੋਂ ਇੱਕ ਮਿੱਟੀ ਦੀ ਇੱਕ ਕਲਚਰ ਦੀ ਇੱਕ ਆਪਣੇਪਣ ਦੀ ਖੁਸ਼ਬੂ ਲੈ ਕੇ ਐਸ ਐਮ ਸਾਦਿਕ ਸਾਹਿਬ ਇਸ ਵਕਤ ਜੋ ਕਿ ਬਹੁਤ ਹੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਆਪਣੀ ਕਲਮ ਵੱਜੋਂ ਜਿਨ੍ਹਾਂ ਨੇ 35000 ਗੀਤ ਪੰਜਾਬੀ ਦਰਸ਼ਕਾਂ ਦੀ ਪੰਜਾਬੀ ਸਰੋਤਿਆਂ ਦੀ ਤੇ ਪੰਜਾਬੀ ਪਾਠਕਾਂ ਦੀ ਚੋੜੀ ਪਾਈ ਨੇ ਸਾਦਿਕ ਸਾਹਿਬ ਬਹੁਤ ਬਹੁਤ ਤੁਹਾਡਾ ਮੈਂ ਧੰਨਵਾਦ ਕਰੂੰਗਾ ਕਿਉਂਕਿ ਤੁਸੀਂ ਦੂਜੀ ਵਾਰ ਇਸ ਸਟੂਡੀਓ ਦੇ ਵਿੱਚ ਤਸ਼ਰੀਫ ਲੈ ਕੇ ਆ ਮਰਹਬਾ ਇਤਕਬਾਲ ਤੁਹਾਨੂੰ ਥੈਂਕ ਯੂ ਸਰ ਬismillahirrahmanirrahim ਸਭ ਤੋਂ ਪਹਿਲੇ ਤੇ ਮੈਂ ਆ ਤੁਹਾਡੇ ਚੈਨਲ ਚੜ੍ਹਦੀ ਕਲਾ ਜੀ ਜਿੱਥੇ 4-5 ਸਾਲ ਬਾਅਦ ਮੇਰਾ ਖਿਆਲ ਇਹ ਮੈਂ ਦੁਬਾਰਾ ਆ ਤੁਜੀ ਮੈਨੂੰ ਬਿਲਕੁਲ ਬਿਲਕੁਲ ਲਾਇਆ ਔਰ ਮੈਨੂੰ ਇਜ਼ਤ ਬਖਸ਼ੀ ਤੁਹਾਡੇ ਚੈਨਲ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੰਡੀਆ ਦੇ ਦਰਸ਼ਕਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ ਔਰ ਉਹ ਕੁਝ ਨਵੀਆਂ ਸੋਚਾਂ ਉਹਨਾਂ ਨਾਲ ਮੈਂ ਸਾਂਝੀਆਂ ਕਰ ਸਕਾਂਗੇ ਸਦਕਾ ਸਬ ਕਿਸ ਤਰ੍ਹਾਂ ਆਉਣਾ ਹੁੰਦਾ ਇੰਡੀਆ ਦੇ ਵਿੱਚ ਕਿਹੜੇ ਸਬਬ ਬਣਦੇ ਨੇ ਤੁਹਾਡੇ ਸਬਬ ਇੱਕ ਤੇ ਕਹਿੰਦੇ ਨੇ ਕਿ ਉਹ ਰਿਜ਼ਕ ਬੰਦੇ ਨੂੰ ਖਿੱਚ ਕੇ ਔਰ ਜਿੱਥੇ ਜਿੱਥੇ ਕਿਸੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਉਹ ਉਹਨੂੰ ਖਿੱਚ ਕੇ ਲੈ ਆਉਂਦਾ ਇਹ ਬਜ਼ੁਰਗ ਕਹਿੰਦੇ ਨੇ ਤੇ ਆ ਇੰਡੀਆ 'ਚ ਤੇ ਅਕਸਰ ਮੇਰਾ ਆਣਾ ਜਾਣਾ ਹਰ ਮਹੀਨੇ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਔਰ ਇਹਦੇ ਨਾਲ ਮੈਂ ਹਿੰਦੁਸਤਾਨੀ ਗਵਰਨਮੈਂਟ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਅੱਜ ਤੱਕ ਮੈਨੂੰ ਕਦੀ ਵੀਜ਼ਾ ਪ੍ਰੋਬਲਮ ਨਹੀਂ ਹੋਈ ਔਰ ਮੈਂ ਵੀ ਇੱਥੇ ਇਸੇ ਤਰ੍ਹਾਂ ਆਣਾ ਕਿ ਜਿਸ ਤਰ੍ਹਾਂ ਮੇਰਾ ਦੂਸਰਾ ਘਰ ਹੈ ਮੈਨੂੰ ਕਦੀ ਕੋਈ ਬਿਲਕੁਲ ਦਿੱਕਤ ਨਹੀਂ ਹੋਈ જરા ਪਰ ਵੀ ਪ੍ਰੋਬਲਮ ਨਹੀਂ ਲੋਕ ਪੁੱਛਦੇ ਨੇ ਉੱਥੇ ਜੀ ਤੁਸੀਂ ਹਿੰਦੁਸਤਾਨ ਜਾਂਦੇ ਹੋ ਇੰਡੀਆ ਜਾਂਦੇ ਹੋ ਤੁਹਾਨੂੰ ਕੈਸਾ ਮਹਿਸੂਸ ਹੁੰਦਾ ਹੈ ਉੱਥੇ ਤੇ ਮੈਂ ਕਹਿੰਦਾ ਜੀ ਮੈਨੂੰ ਇੰਝ ਹੀ ਲੱਗਦਾ ਕਿ ਜਿਵੇਂ ਮੈਂ ਆਪਣੇ ਇੱਕ ਕਮਰੇ ਚ ਉੱਠ ਕੇ ਦੂਸਰੇ ਕਮਰੇ ਚ ਜਾ ਗਿਆ ਬਾਤ ਹੈ ਤੇ ਆਉਣ ਦਾ ਸਬਬ ਇਹ ਬਣਿਆ ਕਿ ਪਿਛਲੇ ਦਿਨਾਂ ਚ ਮਾਇਆ ਸਾਹਿਬ ਇੱਕ ਫਿਲਮ ਸੀ ਅਤੇ ਉਸ ਫਿਲਮ ਦਾ ਮਿਊਜ਼ਿਕ ਮੇਰੇ ਕੋਲ ਹੋਇਆ ਉਹਦੇ ਗਾਣੇ ਕੁਝ ਤਰ੍ਹਾਂ ਦੇ ਜਟ ਜੇਮਸ ਬੌਂਡ ਜਟ ਜੇਮਸ ਬੌਂਡ ਹਾਂ ਤੇ ਉਹ ਟਿੱਲੂ ਸਾਹਿਬ ਗੁਰਦੀਪ ਟਿੱਲੂ ਜਿਹੜੇ ਨੇ ਮੇਰੇ ਬੜੇ ਦੋਸਤ ਵੀ ਨੇ ਬੜਕੇ ਮੇਰੇ ਕੋਲ ਪਾਕਿਸਤਾਨ ਵੀ ਗਏ ਅਚਾ ਉਸ ਗੀਤ ਲਈ ਤੁਸੀਂ ਆਪਣੀ ਜਿਹੜੀ ਕੱਲ ਜਿਹੜੀ ਗੀਤ ਲਈ ਨਹੀਂ ਜੀ ਉਹਨਾਂ ਗੀਤਾਂ ਲਈ ਉਹਦੇ ਵਿੱਚ ਇੱਕ ਤੇ ਦੋ ਗਾਣੇ ਰਾਹਤ ਫਤਿਹ ਖਾਨ ਸਾਹਿਬ ਦੇ ਨੇ ਹੂੰ ਕੀ ਬਾਤ ਹੈ ਜਿਹੜੇ ਕਿ ਲੋਕਾਂ ਨੂੰ ਇੱਕ ਅਰਸੇ ਬਾਅਦ ਇੱਕ ਪੋਇਟਰੀ ਸੁਣਨ ਨੂੰ ਮਿਲੇਗੀ ਹੂੰ ਕਿ ਟੁੱਟੇ ਹੋਏ ਦਿਲਾਂ ਦਾ ਜਿਹੜਾ ਨਾ ਉਸ ਉਹਨਾਂ ਗਾਣਿਆਂ ਦੇ ਵਿੱਚ ਇਲਾਜ ਹੈ ਕਿ ਰੋਗ ਪਿਆਰ ਦੇ ਦਿਲਾਂ ਨੂੰ ਜਿੰਨਾ ਲਾਏ ਹੂੰ ਰੋਗ ਪਿਆਰ ਦੇ ਦਿਲਾਂ ਨੂੰ ਜਿੰਨਾ ਲਾਹੇ ਉਹ ਕੱਲੇ ਕੱਲੇ ਬੈਣ ਰਾਹਤ ਨੂੰ ਪਿਆਰੇ ਚੰਨ ਨਾਲ ਬੋਤਾ ਨਾ ਵਧਾਉਣਾ ਉਹ ਤਾਰਿਆਂ ਨੂੰ ਕਹਿਣ ਰਾਤ ਮੈਂ ਕਿਉਂਕਿ ਮੈਂ ਗਾ ਨਹੀਂ ਸਕਦਾ ਤੂੰ ਤੇ ਪਿਆਰ ਪਾ ਕੇ ਮੈਨੂੰ ਕੀਤਾ ਬਰਬਾਦ ਏ 사ਵਾ ਦੇ ਜਹਾਨ ਵਿੱਚ ਰਹਿੰਦੀ ਤੇਰੀ ਯਾਦ ਏ ਯਾਦਾਂ ਤੇਰੇ ਨਾਲੋਂ ਚੰਗੀਆਂ ਨੇ ਤੇਰੀਆਂ ਇਹ ਕੋਲ ਮੇਰੇ ਰਹਿਣ ਰਾਤ ਨੂੰ ਇਹ ਸਪੈਸ਼ਲ ਫਿਰ ਇਸ ਫਿਲਮ ਲਈ ਲਿਖੇ ਨੇ ਜਾਂ ਪਹਿਲਾਂ ਲਿਖੇ ਹੋਏ ਗੀਤ ਦਿੱਤੇ ਨੇ ਨਹੀਂ ਜੀ ਇਸ ਇਸ ਫਿਲਮ ਲਈ ਫਿਲਮ ਲਈ ਸਪੈਸ਼ਲ ਅਕੋਰਡਿੰਗ ਟੂ ਸਿਚੁਏਸ਼ਨ ਹਾਂ ਜੀ ਸਿਚੁਏਸ਼ਨ ਵਾਸਤੇ ਔਰ ਉਹਨਾਂ ਨੂੰ ਬਹੁਤ ਪਸੰਦ ਆਇਆ ਪ੍ਰੋਡਿਊਸਰ ਸਾਹਿਬ ਨੂੰ ਔਰ ਉਹਦੇ ਵਿੱਚ ਇੱਕ ਜੁਗਨੀ ਹੈ ਜਿਹੜੀ ਕਿ ਆਰਫ ਲੋਹਾਰ ਸਾਹਿਬ ਕੋਲ ਮਕਰਾਈ ਉਹ ਕਿਉਂਕਿ ਉਹ ਮੇਰੇ ਭਾਈਆਂ ਦੀ ਤਰ੍ਹਾਂ ਨੇ ਨਾਲ ਨਾਲ ਹੀ ਸਰੇਨੀਆਂ ਬਿਲਕੁਲ ਹਮਸਾਏ ਤੇ ਉਹ ਜੁਗਨੀ ਹੈ ਕਿ ਬਾਅਦ ਲੋਕਾਂ ਨੂੰ ਜੁਗਨੀ ਵਰਡ ਦਾ ਨਹੀਂ ਪਤਾ ਕਿ ਜੁਗਨੀ ਕਹਿੰਦੇ ਕਿੰਨੂੰ ਨੇ ਜੁਗਨੀ ਇੱਕ ਤਵੀਜ਼ ਦਾ ਨਾਮ ਹੈ ਜਿਹੜਾ ਇੱਥੇ ਪਾਣਿਆ ਪੁਰਾਣੇ ਜ਼ਮਾਨੇ ਸਾਡੇ ਪੁਰਾਣੇ ਹੀਰੋ ਦਲੀਪ ਕੁਮਾਰ ਸਾਹਿਬ ਵੀ ਉਹਨਾਂ ਨੇ ਗੱਲ 'ਚ ਤਵੀਜ਼ ਚਾਰ-ਚਰ ਪਾਈ ਹੁੰਦੇ ਸੀ ਸ਼ਾਇਦ ਮੈਂ ਦੇਖਿਆ ਹੈ ਪੁਰਾਣੀਆਂ ਫਿਲਮਾਂ ਦੇ ਵਿੱਚ ਹੁੰਦਾ ਸੀ ਬਹੁਤ ਹਾਂਜੀ ਤੇ ਉਹ ਬਾਅਦ ਲੋਕਾਂ ਨੂੰ ਨਹੀਂ ਪਤਾ ਕਿ ਜੁਗਨੀ ਕਿੰਨੂੰ ਕਹਿੰਦੇ ਨੇ ਜੁਗਨੀ ਉਸ ਤਵੀਜ਼ ਨੂੰ ਕਹਿੰਦੇ ਨੇ ਤੇ ਉਹ ਫਿਰ ਮੈਂ ਆਪ ਹੀ ਉਹਦੀਆਂ ਟਿਊਨਾਂ ਬਣਾਈਆਂ ਨੇ ਹੂੰ ਹੂੰ ਕਿਉਂਕਿ ਅਸਲ موسیਕਾਰ ਉਹਨੂੰ ਕਹਿੰਦੇ ਨੇ ਜਿਹੜਾ ਤਰਜ਼ ਬਣਾਦਾ ਬਿਲਕੁਲ ਬਾਅਦ ਲੋਕਾਂ ਨੂੰ ਨਹੀਂ ਪਤਾ ਇਹ ਵੀ ਜਰਾ ਮੈਂ ਦੱਸਣਾ ਚਾਹਨਾ ਤੇ ਕੰਪੋਜੀਸ਼ਨ ਆਪ ਕਰਦੇ ਹੋ ਕੰਪੋਜੀਸ਼ਨ ਜਿਹੜਾ ਨਹੀਂ ਨਹੀਂ ਅਰੇਂਜਮੈਂਟ میوزਿਕ ਅਰੇਂਜਮੈਂਟ ਜਿਹੜਾ ਕਰਦਾ ਓਕੇ ਇੱਥੇ ਉਹ ਨਾਂ ਦੇ ਦਿੰਦਾ ਕਿ ਮੈਂ ਇਹਦਾ میوزਿਕ ਮੇਰਾ ਹੈ میوزਿਕ ਹਾਂ ਜਦ ਕਿ ਉਹ ਅਰੇਂਜ ਕਰ ਰਿਹਾ ਹੁੰਦਾ ਹੈ میوزਿਕ ਨੂੰ ਕਿ ਇੱਥੇ ਇਹ ਪੀਸ ਬਣਾਉਣਾ ਇੱਥੇ ਇਹ ਪੀਸ ਬਣਾਉਣਾ ਇੱਥੇ ਅਨਸਰਾਂ ਦਾ ਟ੍ਰੈਵਲ ਆਉਣਾ ਚਾਹੀਦਾ ਕੰਪੋਜੀਸ਼ਨ میوزਿਕ ਜਿਹਨੂੰ ਕਹਿੰਦੇ ਨੇ ਉਹ ਹੁੰਦਾ ਤਰਜ਼ ਬਣਾਉਣ ਵਾਲਾ ਹੂੰ ਤੇ ਇਹਨਾਂ ਗੀਤਾਂ ਦੀਆਂ ਤਰਜ਼ਾਂ ਮੇਰੀਆਂ ਨੇ ਓਕੇ ਇੱਕ ਜੁਗਣੀ ਦੋ ਜੁਗਣੀ ਤਿੰਨ ਜੁਗਣੀ ਚਾਰ ਜੁਗਣੀ ਤੈਨੂੰ ਗਾਲ ਦਾ ਬਣਾ ਲਵਾ ਮੈਂ ਹਾਰ ਜੁਗਣੀ ਨਹੀਂ ਮੈਂ ਕਰਨਾ ਵਾ ਤੇਰੇ ਨਾਲ ਪਿਆਰ ਜੁਗਣੀ ਹਾ ਇੱਕ ਜੁਗਣੀ ਦੋ ਜੁਗਣੀ ਤਿੰਨ ਜੁਗਣੀ ਚਾਰ ਜੁਗਣੀ ਧੌਣੇ ਸੁਰਾਈ ਜਈ ਸਰੂ ਜੇ ਅਕਦਨੀ ਤੇਰੇ ਉੱਤੇ ਹੁਸਨਾ ਦੀ ਮੋੱਕ ਗਈ ਏ ਹੱਦ ਨਹੀਂ ਹੂੰ ਅਜੇ ਸਾਦਿਕ ਸਾਹਿਬ ਪਹਿਲਾਂ ਵੀ ਕਦੇ ਫਿਲਮਾਂ ਵਾਸਤੇ ਪੰਜਾਬੀ ਫਿਲਮਾਂ ਵਾਸਤੇ ਗੀਤ ਲਿਖੇ ਨੇ ਕੁਝ ਇੱਥੇ ਮੈਂ ਕਾਫੀ ਫਿਲਮਾਂ ਵਾਸਤੇ ਲਿਖੇ ਨੇ ਹੁਣ ਇੱਕ ਫਿਲਮ ਸੀ ਸੀ ਯਾਰ ਕਮੀਨੇ ਤੇ ਉੱਚ ਮੇਰਾ ਗਾਣਾ ਰਾਹਤ ਫਤੇ ਲਖਾਂਦਾ ਸੀ ਓਕੇ ਬਹੁਤ ਆਲਾ ਗਾਣਾ ਸੀ ਜਿਸ ਦਿਨ ਅੱਖੀਆਂ ਲੜੀਆਂ ਬੜੀਆਂ ਹੱਸੀਆਂ ਸਾਦਿਕ ਸਾਹਿਬ ਇਸ ਤਰ੍ਹਾਂ ਦੇ ਜਿਹੜੇ ਮਿੱਠੇ ਗੀਤ ਨੇ ਪਹੁੰਚ ਕਰਦੇ ਨੇ ਡਾਇਰੈਕਟਰਸ ਸਾਡੇ ਜਾਂ ਪ੍ਰੋਡਿਊਸਰ ਸਹਿਬਾਨ ਜਾਂ ਆਰਟਿਸਟ ਤੁਹਾਡੇ ਕੋਲ ਜੀ ਜੀ ਇੱਕ ਵਿਲੱਖਣਤਾ ਹੈ ਪਾਕਿਸਤਾਨੀ ਕਲਮ ਦੇ ਵਿੱਚ ਪਾਕਿਸਤਾਨੀ ਆਵਾਜ਼ ਦੇ ਵਿੱਚ ਕਿਸ ਤਰ੍ਹਾਂ ਲੱਗਦਾ ਜਦੋਂ ਸੁਮੇਲ ਹੁੰਦਾ ਹੈ ਅੱਛਾ ਲੱਗਦਾ ਹੈ ਵੇਖੋ ਅੱਛੀ ਚੀਜ਼ ਕੋਈ ਵੀ ਹੋਵੇ ਚਾਹੇ ਉਹ ਇੰਡੀਆ ਚ ਹੋਵੇ ਜਾਂ ਪਾਕਿਸਤਾਨ ਚ ਹੋਵੇ ਜਾਂ ਕਿਸੇ ਵੀ ਫਿਲਮਾਂ ਚ ਹੋਵੇ ਜਿੱਥੇ ਅੱਛਾ ਕੰਮ ਹੋਏਗਾ ਲੇਕਿਨ ਜ਼ਰੂਰੀ ਨਹੀਂ ਕਿ ਅੱਛਾ ਕੰਮ ਬਿਜ਼ਨਸ ਵੀ ਕਰੇ ਨਾਲ ਦੀ ਗੱਲ ਸਾਡੇ ਪਿਛਲੇ ਦਿਨਾਂ ਚ ਇੱਕ ਵਾਰ ਫਿਲਮ ਇਹਨੇ ਕਿੰਨੇ ਕਰੋੜ ਦਾ ਬਿਜ਼ਨਸ ਕੀਤਾ ਇੱਕ ਫਿਲਮ ਸੀ ਸਾਡੀ ਬੋਲ ਉਹ ਉਹਦੇ ਚ ਅਸलम ਸੀ ਲੇਕਿਨ ਉਸ ਫਿਲਮ ਨੇ ਵੀ ਬਹੁਤ ਬਹੁਤ ਪਸੰਦ ਕੀਤੀ ਗਈ ਫਿਲਮ ਇੱਕ ਇੱਕ ਉਹਦਾ ਡਾਇਲਗ ਇੱਕ ਇੱਕ ਉਹਦਾ ਤੇ ਬਾਕੀ ਤੇ ਜਿਸ ਤਰ੍ਹਾਂ ਇੱਥੇ ਹੋਵੇ ਕਿ ਇੱਕ ਕਾਮੇਡੀ ਫਿਲਮ ਅਗਰ ਇੱਕ ਚੱਲ ਗਈ ਏ ਤੇ ਹਰ ਹਾਂ ਫਿਰ ਉਹ ਸਾਰੀ ਸਾਰੀ ਠੀਕ ਚੱਲ ਇੱਥੇ ਸਾਡੇ ਵੀ ਇਸ ਨਹੀਂ ਹੈ ਜੀ ਗੁੱਜਰ ਦਾ ਖੜਾਕ ਗੁੱਜਰ ਦੀ ਮੌਤ ਗੁੱਜਰ ਦਾ ਵੈਰ ਬਦਮਾਸ਼ ਗੁੱਜਰ ਮਲੇ ਅਛਾ ਉਧਰ ਵੀ ਨਾਂ ਨਹੀਂ ਹੈ ਗੁੱਜਰ ਹਾਂਜੀ ਇਹ ਸੇਮ ਨਾਂ ਨੇ ਮੈਂ ਵੈਸੇ ਨਹੀਂ ਕਹਿ ਰਿਹਾ ਮੈਂ ਇਹ ਨਾਂ ਨੇ ਫਿਲਮਾਂ ਦੇ ਤੇ ਉਹਦੇ ਵਿੱਚ ਮਤਲਬ ਵਲਗਰਾਈਟੀ ਜਿਹੜੀ ਹੈ ਉਹ ਇਸਤੇਮਾਲ ਕੀਤੀ ਲੋਕਾਂ ਨੇ ਸ਼ਾਇਰਾ ਨੇ ਜਿਹੜੇ ਤੇ ਉਹ ਉਹ ਖਤਮ ਹੋਈ ਇੰਡਸਟਰੀ ਇਧਰਲਾ ਇਧਰਲਾ ਕਲਾਕਾਰ ਜਿਹੜਾ ਲਖਾਰੀ ਹੈ ਜਾਂ ਗਾਇਕ ਹੈ ਉਹ ਵੀ ਉਧਰ ਹੀ ਪਾਰਟਿਸਪੇਟ ਕਰਦਾ ਤੁਹਾਡੇ ਜਿਹੜੀਆਂ ਫਿਲਮਾਂ ਨੇ ਗੀਤ ਨੇ ਇਧਰਲੇ ਵਾਲੇ ਜਗ ਨਹੀਂ ਮੈਂ ਨਹੀਂ ਸਮਝਦਾ ਕਿ ਉਧਰ ਦਾ ਸਾਡੀ ਲੈਂਗੁਏਜ ਤੇ ਇਧਰ ਦੀ ਲੈਂਗੁਏਜ ਦਾ ਬਹੁਤ ਫਰਕ ਹੈ ਜਦੋਂ ਮੇਰੀ ਕਰਮ ਮੇਰਾ ਗੀਤ ਆਏਗਾ ਤੇ ਪਤਾ ਲੱਗੇਗਾ ਕਿ ਇਹ ਕਿਸੇ ਪਾਕਿਸਤਾਨੀ ਡਾਇਰੈਕਟਰ ਦਾ ਗਾਣਾ ਹੈ ਇਧਰ ਜਿਹੜੇ ਲਫ਼ਜ਼ ਜਿਹੜੇ ਅਲਫਾਜ਼ ਨੇ ਉਹ ਕਿਤੇ ਜਿਹੜੇ ਉਰਦੂ ਦੇ ਫਰਕ ਹੈ ਫਰਕ ਹੈ ਜੀ ਉਰਦੂ ਬਜ਼ਾਤੇ ਖੁਦ ਕੋਈ ਜ਼ਬਾਨ ਨਹੀਂ ਜਿ ਫਾਰਸੀ ਤੋਂ ਪੰਜਾਬੀ ਤੋਂ ਸਾਰੇ ਲਫ਼ਜ਼ ਮਹਲ ਘਰ ਹਮ ਘਰ ਪੰਜਾਬੀ ਚ ਵੀ ਲਿਖਾਂਗੇ ਤੇ ਘਰ ਹੀ ਆਏਗਾ ਉਰਦੂ ਚ ਵੀ ਲਿਖਾਂਗੇ ਤੇ ਘਰ ਹੀ ਆਏਗਾ ਹਾਂ ਇਸ ਤਰ੍ਹਾਂ ਹੋਰ ਬਹੁਤ ਲਫ਼ਜ਼ ਨੇ ਕਿ ਪਿਆਰ ਪਿਆਰ ਉਰਦੂ ਚ ਵੀ ਹੈ ਪਿਆਰ ਪੰਜਾਬੀ ਚ ਵੀ ਹਮ ਮੁਹੱਬਤ ਮੁਹੱਬਾ ਮੁਹੱਬਤ ਨੂੰ ਯਾਦ ਆ ਗਿਆ ਇਸ ਫਿਲਮ ਚ ਜੱਟ ਜੈਮਸ ਮੁੰਜਕਾਰ ਫਲਵਾਰ ਦਾ ਗਾਣਾ ਹੈ। ਕੀ ਬਾਤ। ਬੜੀ ਨਵੀਂ ਬਹਿਰ ਹੈ ਮੁਹੱਬਤ ਦੇ ਦਿਲ ਚ ਭੁਲੇਖੇ ਨਹੀਂ ਜਾਂਦੇ ਮੁਹੱਬਤ ਦੇ ਮਜਬੂਰ ਵੇਖੇ ਨਹੀਂ ਜਾਂਦੇ ਮੁਹੱਬਤ ਦੇ ਰੋਣੇ ਤੇ ਹਾਸੇ ਨੇ ਵੱਖਰੇ ਮੁਹੱਬਤ ਦੇ ਛਿੜਕਾਂ ਦੇ ਲਾਸੇ ਨੇ ਵੱਖਰੇ। ਮੁਹੱਬਤ ਦਾ ਉੱਠਣਾ ਤੇ ਬਹਿਣਾ ਹੈ ਵੱਖਰਾ ਮੁਹੱਬਤ ਦੇ ਹੰਝਵਾ ਦਾ ਗਹਿਣਾ ਹੈ ਵੱਖਰਾ ਮੁਹੱਬਤ ਨੇ ਮਨਸੂਰ ਸੂਲੀ ਚੜਾਇਆ। ਮੁਹੱਬਤ ਨੇ 사ਦਕ ਬੁੱਲਾ ਨਚਾਇਆ ਮੁਹੱਬਤ ਦੇ ਵੱਖਰੇ ਨੇ ਤਾਣੇ ਤੇ ਬਾਣੇ ਇਹ ਜਿਸ ਤਨ ਨੂੰ ਲੱਗਦੀ ਏ ਉਹ ਤਨ ਜਾਣੇ। ਕੀ ਬਾਤ। 사ਦਕ ਸਭ ਇੰਨਾ ਭੰਡਾਰ ਕੀਤ ਕਿਵੇਂ ਕਰਦੇ ਸਾਰਾ ਨਹੀਂ ਹੁੰਦੀ ਯਾਦ ਹੁੰਦਾ ਨਹੀਂ ਹੁਣ ਤੁਸੀਂ ਕਿੰਨਾ ਵਧੀਆ ਇੱਕ ਫਟਾਫਟ ਫਟਾਫਟ ਨਹੀਂ ਉਹ ਗੱਲ ਹੀ ਚੋ ਗੱਲ ਨਿਕਲਾਈ ਨਾ ਹੁਣ ਮੈਨੂੰ ਮਤਲਬ ਜਦੋਂ ਦੀ ਮੇਰੀ ਵਾਈਫ ਦੀ ਡੈਥ ਹੋਈ ਉਹਦੋਂ ਦਾ ਮੇਰਾ ਥੋੜਾ ਜਿਹੜਾ ਨਾ ਉਹ ਨਹੀਂ ਠੀਕ ਯਾਦ ਆਸ਼ ਮੈਂ ਭੁੱਲ ਜਾਣਾ ਓਕੇ ਤੁਸੀਂ ਕਿੱਥੇ ਇਸ ਵਕਤ ਬਿਲੋਂਗ ਪਾਕਿਸਤਾਨ ਚ ਕਿੱਥੇ ਕਰ ਰਹੇ ਲਾਹੌਰ ਤੋਂ ਜੀ ਲਾਹੌਰ ਦੇ ਵਿੱਚ ਸਾਰੀ ਫੈਮਿਲੀ ਉੱਥੇ ਹੈਗੀ ਹਾਂ ਜੀ आ, आ, नहीं, नहीं, आ, अच्छा दूसरे देशਾਂ ਦੀ ਜਦੋਂ ਕਲਾ ਨੂੰ ਦੇਖਦੇ ਹਾਂ ਇੱਧਰ ਵੀ ਤੁਸੀਂ ਅਕਸਰ ਗੇੜੇ ਮਾਰਦੇ ਰਹਿੰਦੇ ਹੋ ਉਧਰ ਵੀ ਤੁਸੀਂ ਬੜੇ ਨਾਮੀ ਜਿਹੜੇ ਇੱਕ ਕਲਾਕਾਰ ਵੱਜੋਂ ਉੱਭਰੇ ਹੋਏ ਹੋਂ ਇੱਕ ਆਪਣਾ ਵੱਖਰਾ ਮੁਕਾਮ ਹੈ ਤੁਹਾਡਾ ਉਧਰ ਵੀ ਅ ਭਾਰਤ ਦੀ ਪੰਜਾਬੀ ਕਲਾਕਾਰੀ ਪ੍ਰਤੀ ਕੀ ਸੋਚਦੇ ਹੋ ਚਾਹੇ ਗਾਇਕੀ ਹੈ ਚਾਹੇ ਫਿਲਮਾਂ ਨੇ ਨਹੀਂ ਨਹੀਂ ਪੰਜਾਬੀ ਇੱਧਰ ਵੀ ਅੱਛੇ ਨੇ ਮਸਲਹਾ ਹੰਸਰਾ ਚੰਸ ਦਾ ਬੜਾ ਅ ਅੱਛਾ ਕੰਮ ਕੀਤਾ ਉਹਨਾਂ ਨੇ ਜਿੰਨਾ ਵੀ ਕੀਤਾ ਸਰਦੂਲ ਸਕੰਦਰ ਨੇ ਜਿੰਨਾ ਵੀ ਕੰਮ ਕੀਤਾ ਅੱਛਾ ਕੀਤਾ ਇਸ ਤਰ੍ਹਾਂ ਦਲੇਰ ਮਹਿਦੀ ਸਾਹਿਬ ਦੇ ਮੈਂ ਇੱਕ ਟੇਪ ਲਿਖੀ ਤੂੰਬਾ ਉਹ ਮੈਂ ਹਾਲੇ ਤੱਕ ਘੰਟੇ 'ਚ ਮੈਂ ਵੀ ਬਾਈ ਗਾਣੇ ਲਿਖੇ ਹੂੰ ਹੂੰ ਉਹਨਾਂ ਦੀਆਂ ਟਿਉਨਾਂ ਦੇ ਉੱਤੇ ਹੂੰ ਹੂੰ ਬੜੇ ਸੈਡ ਗਾਣੇ ਔਰ ਬੜੇ ਅੱਛੇ ਗਾਣੇ ਬਾਕੀ ਬਾਅਦ ਕਿੰਨੇ ਕੁ ਕਲਾਕਾਰ ਨੇ ਜਿਨ੍ਹਾਂ ਨਾਲ ਇਧਰ ਤੁਸੀਂ ਕੰਮ ਕਰ ਚੁੱਕੇ ਹੋ ਪੰਜਾਬ 'ਚ ਮੈਂ ਤਕਰੀਬਨ ਜਿੰਨੇ ਵੀ ਅੱਛੇ ਗਾ ਅੱਛੇ ਅੱਛੇ ਦਾ ਮਰਾਦ ਹੈ ਕਿ ਜਿਹੜਾ ਚੱਲਦਾ ਹੈ ਉਹ ਅੱਛਾ ਹੈ ਜਿਹੜਾ ਨਹੀਂ ਚੱਲਦਾ ਉਹ ਉਹ ਉਸੇ ਅੱਛਾ ਕੀ ਕਵਾਂਗੇ ਜਿਹੜਾ ਜਿਹਨੂੰ ਲੋਕ ਸੁਣ ਹੀ ਨਹੀਂ ਰਹੇ ਹੂੰ ਤੇ ਉਹ ਜਿਹੜੇ ਨੇ ਜੀ ਜਗਜੀਤ ਇੱਥੇ ਇੱਕ ਮੇਰਾ ਬੇਟਾ ਬਣਿਆ ਉਹਨੇ ਗਾਣਾ ਮੇਰੇ ਗਾਇਆ ਰੁਖੀ ਸੁਖੀ ਖਾਲਾਂਗੀ ਪਰਦੇਸ ਨਾ ਜਾਵਾਂ ਜਿਵੇਂ ਲੰਗੇਆ ਵਕਤ ਲੰਘਾ ਲਾਂਗੀ ਪਰਦੇਸ ਨਾ ਜਾਵਾਂ ਦੂਰ ਨਾ ਜਾਵਾਂ ਸਿਰ ਦੇ ਆਸਾਈਆਂ ਚੁੱਲ੍ਹੇ ਦੇ ਵਿੱਚ ਪੈਣ ਕਮਾਈਆਂ ਭਾਬੋ ਦੇ ਲੱਥੇ ਪਾ ਲਾਂਗੀ ਪਰਦੇਸ ਨਾ ਜਾਵਾਂ ਤੇ ਇਸ ਤਰ੍ਹਾਂ ਕਰਕੇ ਜਿਹੜੇ ਲੋਕ ਕੰਮ ਕਰਨ ਵਾਲੇ ਨੇ ਉਹ ਇੱਥੇ ਬਹੁਤ ਜ਼ਿਆਦਾ ਗਲੂਕਾਰ ਨੇ ਸਾਡੇ ਇੰਨੇ ਨਹੀਂ ਇੱਥੇ ਮਤਲਬ ਇੱਕ ਹੋਰ ਬੜੀ ਪ੍ਰੋਬਲਮ ਹੈ ਕਿ ਇਧਰ ਦੇ ਗਲੂਕਾਰਾਂ ਦਾ ਉਧਰ ਨਹੀਂ ਪਤਾ ਉਧਰ ਦੇ ਹੁੰਦਾ ਇਹ ਨਹੀਂ ਪਤਾ ਬਿਲਕੁਲ ਬਿਲਕੁਲ ਸਾਡੇ ਐਸੇ ਐਸੇ ਗਾਣੇ ਉਹ ਗਾਣੇ ਤੇ ਗਾ ਲੈਨੇ ਉਹ ਹੁਣੇ ਮੈਨੂੰ ਅਜੇ ਸੋਤਾ ਸਾਹਿਬ ਮੇਰੇ ਬੇਟੇ ਬਣੇ ਨੇ ਇਹਨਾਂ ਨੇ ਇੱਕ ਮੇਰੀ ਟੇਬ ਵੀ ਕੱਢੀ ਏ ਸਜਦਾ ਜਿਹਦੇ ਨੂੰ ਸਿਰਫ ਫਤਿਹਦੀ ਖਾਨ ਸਾਹਿਬ ਦੇ ਸ਼ਗਿਰਦ ਨੇ غلام ਅਬਾਸ ਕੁਵਾਲ ਤੇ ਸਾਈਂ ਜ਼ਹੂਰ ਨੇ ਜਿਹੜਾ ਗਾਣਾ ਗਾਇਆ ਔਖੇ ਪਿੰਡੇ ਲੰਮੀਆਂ ਰਾਵਾਂ ਇਸ਼ਕ ਦੀਆਂ ਉਹ ਵੀ ਗਾਣਾ ਮੇਰਾ ਸੀ ਲੇਕਿਨ ਉਹ ਮਤਲਬ ਉਸੇ ਬਹਿਰ ਚ ਫਿਰ ਮੈਂ ਹੋਰ ਵੀ ਕਿ ਦਿਲ ਦੇ ਕਾਬੇ ਦੇ ਵਿੱਚ ਥਾਵਾਂ ਇਸ਼ਕ ਦੀਆਂ ਰੱਬ ਦੇ ਨਾਲ ਮਲਾਦਨ ਰਾਵਾਂ ਇਸ਼ਕ ਦੀਆਂ ਤੋ ਦਿੰਦੀਆਂ ਨੇ ਸਾਰੇ ਦਾਗ ਪਲੀਤੀ ਦੇ ਜਿਸ ਤੇ ਪਿਆ ਜਨ ਪਾਕ ਨਗਾਵਾ ਇਸ਼ਕ ਦੀਆਂ ਹੀਰ ਤੇ ਰਾਂਝਾ ਇੱਕੋ ਕਬਰੇ ਸੁੱਤੇ ਨੇ ਸਾਦਕ ਮਿਲੀਆਂ ਖੂਪ ਪਨਾਵਾ ਇਸ਼ਕ ਦੀਆਂ ਤੇ ਇਸ ਤਰ੍ਹਾਂ ਕਰਕੇ مختلف ਚੱਲਦਾ ਰਹਿਦਾ سلسلہ ਕਿ ਉਹ ਮੇਰੀ ਮੇਰੀ ਆਦਤ ਹੈ ਕਿ ਮੈਂ ਗੀਤਾਂ ਦੇ 15 15 20 20 5 5 ਅੰਤਰੇ ਲਿਖ ਦੇਣਾ ਫਿਰ ਉਹਦੇ ਵਿੱਚੋਂ ਦੋ ਮੁਖੜੇ ਚੁੱਕ ਕੇ ਬਣਾਤੇ ਗਿਏ ਸਤਿ ਜੀ ਸਤ ਪਹਿਲਾਂ ਪਹਿਲਾਂ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਟੇਪ ਸੀ ਕੈਸਟ ਹੁੰਦੀ ਸੀ ਸੀਡੀ ਹੁੰਦੀ ਸੀ ਇਧਰਲੀ ਸੀਡੀ ਉਧਰ ਜਾਣੀ ਔਖੀ ਸੀ ਪਾਕਿਸਤਾਨ ਦੀ ਇਧਰ ਆਉਣੀ ਔਖੀ ਸੀ ਹੁਣ ਜਦੋਂ ਦਾ ਸੋਸ਼ਲ ਮੀਡੀਆ ਆਇਆ ਫੇਸਬੁੱਕ ਆ ਗਿਆ YouTube ਆ ਗਿਆ Google's ਆ ਗਿਆ ਹੁਣ ਤੁਹਾਨੂੰ ਲੱਗਦਾ ਕਿ ਇਧਰਲਾ ਪੰਜਾਬੀ ਕਲਚਰ ਉਧਰ ਤੇ ਉਧਰ ਵਾਲਾ ਇਧਰ ਜ਼ਿਆਦਾ ਵਧਿਆ ਕੁਝ ਆਉਣ ਦੇ ਵਿੱਚ ਲੋਕ ਫੈਨ ਵਧੇ ਨੇ ਕਲਾਕਾਰਾਂ ਨੂੰ ਜਾਣਨ ਲੱਗੇ ਨੇ ਇੱਕ ਦੂਜੇ ਨੂੰ ਜਿਵੇਂ ਤੁਸੀਂ ਕਹਿੰਗੇ ਪਹਿਲਾਂ ਨਹੀਂ ਸੀ ਪਤਾ ਹੁੰਦਾ हां जी अल्हम्दुलिल्लाह मेनू ते अपना पता है मैं ना इना पढ़े लिखे हां मैं ते सीधा बंदा मैं ते बिल्कुल ਤੁਹਾਨੂੰ ਦੱਸਿਆ ਕਿ ਚੌਥੀ ਜਮਾਤ ਤੋਂ ਸਕੂਲੋਂ ਦੌੜ ਗਿਆ ਤੇ ਐ ਫੇਸਬੁੱਕ ਤੇ ਹੁਣ ਇੱਥੇ ਆਣਾ ਤੇ ਮੇਰਾ ਬੇਟਾ ਫੇਸਬੁੱਕ ਤੇ ਮੇਰਾ ਨੰਬਰ ਪਾ ਦਿੰਦਾ ਤੇ ਮੈਨੂੰ ਬਹੁਤ ਲੋਕ ਮਿਲਣ ਲਈ ਆਉਂਦੇ ਨੇ ਬਹੁਤ ਬਹੁਤ ਫੈਨ ਆਉਂਦੇ ਨੇ ਬਹੁਤ ਫੋਨ ਕਰਦੇ ਨੇ ਜਦੋਂ ਮੈਂ ਪਾਕਿਸਤਾਨ ਚ ਨਾ ਉਦੋਂ ਵੀ ਕਈਆਂ ਨੂੰ ਲੋਕਾਂ ਨੂੰ ਨਹੀਂ ਨੰਬਰ ਮਿਲਦਾ ਨਾਲ ਬੜੀ ਪਰੇਸ਼ਾਨੀ ਹੁੰਦੀ ਸੀ ਤੇ ਫਿਰ ਮੇਰਾ ਬੇਟਾ ਉਹ ਸਟੂਡੀਓ ਹੈ ਮੇਰਾ ਉਹ ਰਿਕਾਰਡਿੰਗ ਕਰਦਾ ਇੱਕ ਮੇਰਾ ਬੇਟਾ ਜਿਹੜਾ ਉਹ ਮਾਰਕੀਟਿੰਗ ਕਰਦਾ ਤੇ ਉਹ ਪਾ ਦਿੰਦੇ ਨੇ ਚੈਨਲ ਦੇ ਉੱਤੇ ਤੇ ਉਹ ਫਿਰ ਲੋਕੀ ਫੋਨ ਕਰਦੇ ਨੇ ਔਰ ਕੰਮ ਵੀ ਮਿਲਦਾ ਪਿਛਲੇ ਦਿਨਾਂ ਚ ਨਛੱਤਰ ਗਿਲ ਦਾ ਗਾਣਾ ਚੱਲਿਆ ਸੀ ਮੇਰਾ ਜਦੋਂ ਤੱਕ ਸੱਜਣਾ ਅੱਖੀਆਂ ਚ ਪਾਣੀ ਪਾਣੀ ਬਹੁਤ ਸੁਪਰ ਹਿੱਟ ਗਿਆ ਹੁਣ ਉਸ ਗਾਣੇ ਮੈਨੂੰ ਬੜੇ ਫੋਨ ਆਏ ਲੋਕਾਂ ਦੇ ਹਜ਼ਾਰਾਂ ਦੇ حساب ਨਾਲ ਜਿੰਨੇ ਲੋਕਾਂ ਵਾਂ ਕਾਟੇ ਔਰ ਬਿਜ਼ਨਸ ਵੀ ਮਿਲਿਆ ਉਹਦੇ ਉੱਤੇ ਹੋਰ ਬਾਕੀ ਤੇ ਕੁਝ ਨਹੀਂ ਮਿਲਦਾ ਨਾ ਕੋਈ ਰੈਲਿਟੀ ਮਿਲਦੀ ਹੈ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਮੈਨੂੰ ਬਾਰਡਰ ਪਾਰ ਕਰਕੇ ਆਣਾ ਪੈਂਦਾ ਰਿਜ਼ਕ ਕਮਾਉਣ ਵਾਸਤੇ ਨਈ ਕੋਈ ਸਪੈਸ਼ਲ ਵੀਜ਼ਾ ਕੋਈ ਸਪੈਸ਼ਲ ਰਾਇਲਟੀ ਕੋਈ ਨਹੀਂ ਸਪੈਸ਼ਲ ਨਹੀਂ ਵੀਜ਼ਾ ਮੈਨੂੰ ਉਸੇ ਤਰ੍ਹਾਂ ਹੀ ਲਾਣਾ ਪੈਂਦਾ ਜਿਵੇਂ ਆਮ ਆਗਰਿਕ ਹੁੰਦੇ ਨੇ ਮੈਂ ਮੈਂ ਬਚੂਟ ਤੋਂ ਮੈਂ ਗਰੇਜ਼ ਕਰਨਾ ਕਿ ਮੈਂ ਇਹ ਕਹਿ ਰਿਹਾ ਜੀ ਮੈਨੂੰ ਬੜਾ ਇਹ ਹੈ ਕਿ ਮੈਨੂੰ ਬਾਰਡਰ ਤੱਕ ਉਧਰੋਂ ਜਿਹੜੇ ਸਾਡੇ ਹੈ ਨੇ ਅਫੀਸਰ ਹਜ਼ਰਤ ਜਾਂ ਜਿਵੇਂ ਜਿਸਕਿ ਮੇਰਾ ਇੱਥੇ ਨਾ ਐ ਨਾ ਪੂਰੀ ਦੁਨੀਆ 'ਚ ਤੇ ਮੇਰੇ ਮੁਲਕ 'ਚ ਵੀ ਤੇ ਮੇਰੇ ਨਾਂ ਤੋਂ ਕੇਸ ਸਿਡੀ ਵਿਕਦੀ ਹੈ ਔਰ ਉਤਰ ਮੈਨੂੰ ਲਕੀਰ ਤੱਕ ਛੱਡ ਕੇ ਜਾਂਦਾ ਹੋਰ ਕਿਹੜੇ ਕਿਹੜੇ ਦੇਸ਼ਾਂ 'ਚ ਤੁਸੀਂ ਜਾਣਦੇ ਹੋ ਕਿਹੜੇ ਕਿਹੜੇ ਦੇਸ਼ ਮੈਂ ਆਪਣੇ ਰੱਬ ਦੇ ਘਰ ਖਾਨੇ ਕਾਬੇ ਗਿਆ 사ऊदी अरब, ਤਈਮਾ ਇੰਡੀਆ ਇਸ ਤਰ੍ਹਾਂ ਕਿਸੇ ਨਹੀਂ ਗਿਆ ਤਿੰਨੇ ਦੇਸ਼ਾਂ ਦੇ ਵਿੱਚ ਕਿਹੜੇ ਹੈਗੇ ਅੱਛਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਸਾਡੇ ਰਾਈਟਰਸ ਨੇ ਪੰਜਾਬ ਦੇ ਜਿਹੜੇ ਕਲਾਕਾਰ ਨੇ ਪੰਜਾਬ ਦੇ ਜਿਹੜੇ ਫਿਲਮੀ ਕਲਾਕਾਰ ਨੇ ਬਹੁਤ ਵੱਡੇ ਪੱਦਰ ਦੇ ਉੱਪਰ ਕਈ ਆਈਟਮਾਂ ਨੂੰ ਚੋਰੀ ਕਰਕੇ ਕਈ ਪੇਸ਼ ਨੂੰ ਜਿਹੜੀ ਹੈਗਾ ਪੇਸ਼ ਨੂੰ ਚੋਰੀ ਕਰਕੇ ਕਈ ਪਹਿਰਾਵਿਆਂ ਨੂੰ ਚੋਰੀ ਕਰਕੇ ਆਵਾਜ਼ ਨੂੰ ਕੰਪੋਜੀਸ਼ਨ ਨੂੰ ਟਿਊਨ ਨੂੰ ਕਰਕੇ ਜਿਹੜੀ ਇੰਡੀਆ 'ਚ ਜਾਂ ਪੰਜਾਬ 'ਚ ਲਾਂਚ ਕਰ ਦਿੰਦੇ ਨੇ ਫਿਲਮਾਂ ਨੂੰ ਵੀ ਲੈ ਕੇ ਗੀਤਾਂ ਨੂੰ ਵੀ ਲੈ ਕੇ ਉਧਰ ਪਤਾ ਹੈ ਇਸ ਚੀਜ਼ ਦਾ ਪਾਕਿਸਤਾਨ ਦੇ ਵਿੱਚ ਜਿਹੜੀ ਕਲਾਕਾਰੀ ਚੋਰੀ ਹੋ ਕੇ ਆਉਂਦੀ ਹੈ ਹਾਂਜੀ ਸਭ ਨੂੰ ਪਤਾ ਹੈ ਮੈਂ ਹੁਣੇ ਹੀ ਮੈਨੂੰ ਸੋਤਾ ਸਾਹਿਬ ਨੇ ਦੱਸਿਆ ਕਿ ਇੱਕ ਗਾਣਾ ਸੀ ਮੇਰਾ ਆਰਫ ਲੋਹਾਰ ਸਾਹਿਬ ਨੇ ਵੀ ਗਾਇਆ ਬਲਕਿ ਫਿਰ ਉਹਨਾਂ ਨੇ ਉਹਨੂੰ ਦੁਬਾਰਾ ਗਾਇਆ ਕਿ ਤੂੰ ਜਿੰਨੇ ਮਰਜ਼ੀ ਦੁੱਖ ਦੇ ਲੈ ਦੁੱਖ ਸਹਿਣ ਦੀ ਆਦਤ ਪੈ ਗਈ ਉਹ ਕ ਗਾਇਆ ਔਰ ਹੋਰ ਵੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਬਹੁਤ ਲੋਕਾਂ ਨੇ ਗਾਏ ਗਾਣੇ ਔਰ ਮੈਂ ਇਹ ਕਮਾਂਗਾ ਕਿ ਨਾਂ ਦੇਣਾ ਚਾਹੀਦਾ ਰੈਕਟਰ ਦਾ ਚਾਹੇ ਉਹ ਕੋਈ ਵੀ ਹੋਵੇ ਸਾਈ ਜੂਰ ਸਾਹਿਬ ਦੇ ਕਾਫੀ ਗੀਤ ਜਿਹੜੇ ਇਧਰ ਵੀ ਫੇਮਸ ਹੋ ਰਹੇ ਨੇ ਉਹਨਾਂ ਨੂੰ ਵੀ ਚੱਕ-ਚੱਕ ਕੇ ਗਾਇਆ ਜਾ ਰਿਹਾ ਹਾਂਜੀ ਉਹ ਮਤਲਬ ਹੈ ਇਹਦੇ ਬਾਰੇ ਤੇ ਮੈਂ ਇਹੋ ਹੀ ਸ਼ੇਰ ਚ ਕਹਿ ਸਕਣਾ ਮੈਂ ਕਿਸੇ ਦੀ ਜ਼ਾਤ ਤੇ ਅਟੈਕ ਨਹੀਂ ਕਰਦਾ ਸਾਰੇ ਮੇਰੇ ਬੱਚਿਆਂ ਵਰਗੇ ਨੇ ਜਿਹੜੇ ਵੱਡੇ ਨੇ ਮੇਰੇ ਤੋਂ ਮੇਰੇ ਬਜ਼ੁਰਗਾਂ ਵਰਗੇ ਨੇ ਮੈਂ ਕਿਸੇ ਤੇ ਕੋਈ ਅਟੈਕ ਨਹੀਂ ਕਰਨਾ ਚਾਹੁੰਦਾ ਲੇਕਿਨ ਇੱਕ ਸ਼ੇਰ 'ਚ ਇਹਦਾ ਜਵਾਬ ਦੇਣਾ ਕਿ ਹੀਰਾ ਮੋਤੀ ਇੱਕੋ ਜੈ ਨੇ ਤੇ ਇੱਕੋ ਰੰਗ ਦੋਹਾਂ ਦਾ ਹਮ ਜਦ ਸਰਾਫਾਂ ਅੱਗੇ ਜਾਵੇ ਤੇ ਫਰਕ ਹਜ਼ਾਰ ਕੋਹਾਂ ਦਾ ਹੋ ਹਾਂ ਦਾ ਕੀ ਬਾਤ ਹੈ ਤੇ ਉਹਨਾਂ ਸੱਪਾਂ ਵਿੱਚ ਜ਼ਹਿਰ ਨਹੀਂ ਹੁੰਦਾ ਜਿਹੜੇ ਲੋਕੀ ਗੱਲ ਵਿੱਚ ਪਾਉਂਦੇ ਹਮ ਸਾਦਕ ਡਰ ਇਨਸਾਨਾਂ ਕੋਲੋਂ ਇਹ ਬੰਦੇ ਰਹਿਮ ਨਹੀਂ ਖਾਂਦੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਤੇ ਤੇਰੇ ਸੱਜਣ ਚੰਗੇ ਹੋਸਣ ਨਾ ਕਰ ਤੂੰ ਵਡਿਆਈਆਂ ਇਹ ਪਤਾ ਉਦੋਂ ਲੱਗਸੀ ਸਾਦ ਜਦੋਂ ਔਖੀਆਂ ਘੜੀਆਂ ਆਈਆਂ ਕੀ ਬਾਤ ਹੈ ਸਕੂਲ ਪਾਰਸ਼ਲਾ ਮਦਰਸਾ ਇੱਧਰ ਬਹੁਤ ਘੱਟ ਤੁਹਾਡਾ ਜਿਹੜਾ 3-4 ਸਾਲ ਜਾਣਾ ਹੋਇਆ ਇਸ ਤਰ੍ਹਾਂ ਦੇ ਲਵਜ਼ ਅਲਫਾਜ਼ ਕਿੱਥੋਂ ਚੁਣਦੇ ਉਹ ਰੱਬ ਦੀ ਤਰਫੋਂ ਕਿਉਂਕਿ ਮੈਂ ਕਿ ਵੀ ਕਾਫੀ ਅ ਬਲਕਿ ਕਾਲ ਅਖਬਾਰ ਸੇ ਉਹ ਚੀਜ਼ ਇਹ ਕਹੇ ਰਾਈਟਰ ਬਣਾਇਆ ਨਹੀਂ ਬਣਦਾ ਹਮ ਅਗਰ ਤੁਸੀਂ ਇੱਕ ਲਾਇਬ੍ਰੇਰੀ ਇਕੱਠੀ ਕਰ ਲਓ ਬਾਜ਼ ਲੋਗ ਨੇ ਤੇ ਉਹ ਪੜ ਪੜ ਕੇ ਪੜ ਪੜ ਕੇ ਉਹ ਹਰ ਚੀਜ਼ ਦੁਨੀਆ ਦੀ ਸਿੱਖਣ ਲਾ ਸਕਦੇ ਐਂਕਰ ਬਣ ਸਕਦੇ ਹੋ ਤੁਸੀਂ ਵੀ ਆਖਰ ਕੋਈ ਕੁਝ ਪ੍ਰੈਕਟਿਸ ਕੀਤੀ ਹੋਗੀ ਕਿਸੇ ਕੋਲੋਂ ਸਿੱਖਿਆ ਹੋਵੇਗਾ ਇਹ ਜਿਹੜੀ ਤੁਸੀਂ ਦੱਸੋ ਕਿ ਬੁੱਲ੍ਹੇ ਸ਼ਾਹ ਦਾ ਕਾਉਨ ਉਸਤਾਦ ਉਸਤਾਦ ਬਿਲਕੁਲ ਬੁੱਲੇ ਸ਼ਾਹ ਦਾ ਕਾਉਨ ਉਹਨੇ ਕਿਹੜਾ ਕਾਲਜ ਦੇਖਿਆ ਇਹ ਸਾਰੀ ਹਾਂਜੀ ਪਰਮਾਤਮਾ ਦੀ ਕਹਾਣੀ ਮੈਂ ਬੁੱਲੇ ਸ਼ਾਹ ਸਾਹਿਬ ਤੋਂ ਗੱਲ ਹੋਈ ਹੈ ਬੁੱਲੇ ਸ਼ਾਹ ਸਰਕਾਰ ਤੋਂ ਤੇ ਉਹਨਾਂ ਵਰਗੇ ਮੈਂ ਲਿਖ ਰਹੇ ਪਹਿਲੇ ਲੋਕ ਮੇਰਾ ਕਲਾਮ ਸੀ ਜੇ ਤੁਰਾ ਬਨੂ ਬਣਾਉਣਾ ਪਹਿਲੇ ਯਾਰ ਨਮੜਾ ਉਸ ਦੌਰ ਚ ਕੈਸੜਾ ਦਾ ਬੜਾ ਦੌਰ ਸੀ ਕਰੋੜਾਂ ਰੁਪਏ ਦਾ ਬਿਜ਼ਨਸ ਹੁੰਦਾ ਸੀ ਔਰ ਮੈਂ ਨਾਲ ਐਜ਼ ਅ ਪ੍ਰੋਡਿਊਸਰ ਵੀ ਕੰਮ ਕਰਦਾ ਹਾਂ ਤੇ ਲੋਕਾਂ ਦੇ ਬੜੇ ਖਾਤਾਂ ਨੇ ਕਿ ਜੀ ਇਹ ਬੁੱਲੇ ਸ਼ਾਹ ਦਾ ਕਲਾਮ ਹੁਣ ਮੈਂ ਸਾਈ ਜ਼ਹੂਰ ਜੀ ਕੋਲੋਂ ਕਰਵਾਏ ਨੇ ਹਮ ਔਰ ਉਹ ਬੜੇ ਨੇਕ ਔਰ ਬੜੇ ਖੁਦਾਤ ਅਰਸਰ ਬੜੇ ਇਨਸਾਨ ਆਦਮੀ ਨੇ ਮੈਂ ਬੜੇ ਲੋਕਾਂ ਨਾਲ ਕੰਮ ਕੀਤਾ ਐਨ ਲੇਕਿਨ 2 4 ਬੰਦੇ ਉਂਗਲਾਂ ਤੇ ਗਿਨੇ ਜਾਂਦੇ ਨੇ ਤੇ ਲੇਕਿਨ ਉਹ ਵੀ 74 ਸਾਲ ਦੀ ਏਜ ਦੇ ਵਿੱਚ ਹਮ ਉਹਨਾਂ ਦੀ ਆਵਾਜ਼ ਅੱਜ ਵੀ ਇਸ ਤਰ੍ਹਾਂ ਉਹ ਸੁਰ ਲਾਉਂਦੇ ਨੇ ਕਿ ਦਿਲ ਦੇ ਵਿੱਚ ਉਹ ਉਹਦੀਆਂ ਤਾਰਾਂ ਖੜਕ ਜਾਂਦੀਆਂ ਉਹਨਾਂ ਲਈ ਮੈਂ ਕਲਾਮ ਤਕਰੀਬਨ 70 ਗੀਤ ਤੋਂ ਜ਼ਿਆਦਾ ਲਿਖੇ ਨੇ ਨਵੇਂ ਸਾਈ ਜ਼ਹੂਰ ਦੇ ਲਈ ਸਾਈ ਜ਼ਹੂਰ ਦੇ ਔਰ ਉਹ ਹੁਣ ਆਣਗੇ ਔਰ ਉਹਦੇ ਵਿੱਚ ਸੀ ਕਿ ਵਿੱਚੇ ਇਸਾ ਵਿੱਚੇ موسی ਵਿੱਚੇ ਫਿਰੇ ਫਰਾਉਨ ਨੂੰ ਬੁਲਿਆ ਦਸੇ ਸਾਰੇ ਕੌਣ ਨੂੰ ਬੁਲਿਆ ਕੀ ਬਾਤ ਹੈ ਕੀ ਬਾਤ ਆ ਨੱਚ ਕੇ ਰੁੱਟੜਾ ਯਾਰ ਮਣਾਉਂਦੇ ਸੱਚ ਕਹਿਣੋ ਇਹ ਬਾਜ਼ ਨਹੀਂ ਆਉਂਦੇ ਭਾਵੇਂ ਲੈ ਜਾ ਤਾ ਹੌਣੋ ਬੁਲਿਆ ਦਸੇ ਸਾਰੇ ਕੌਣ ਨੂੰ ਬੁਲਿਆ ਕੀ ਬਾਤ ਤੇ ਇਸ਼ਕ ਸਜਣ ਦਾ ਐਵੇਂ ਕਸਦਾ ਇਸ਼ਕ ਨਚਾਵੇ ਲੂ ਲੂ ਨੱਚਦਾ ਇਸ਼ਕ ਸਜਣ ਦਾ ਐਵੇਂ ਕਸਦਾ ਜਿਉ ਮੰਜੀਆਂ ਨੂੰ ਦੌਣੋ ਬੁਲਿਆ ਹੂੰ ਦਸੇ ਸਾਰੇ ਕੌਣ ਨੂੰ ਬੁਲਿਆ ਤੇ ਝੂਠੀ ਗੱਲ ਨਹੀਂ ਕਹਿੰਦਾ ਸਾਧਕ ਕਬਰਾਂ ਵਿੱਚ ਵੀ ਸੱਚੇ ਆਸ਼ਿਕ ਸੁਖ ਦੀ ਨੀਂਦ ਸੌਣ ਨੂੰ ਬੁਲਿਆ ਦਸੇ ਸਾਰੇ ਕੌਣ ਨੂੰ ਬੁਲਿਆ ਕੀ ਬਾਤ ਹੈ ਕੀ ਬਾਤ ਹੈ ਸਦੀਕ ਸਾਬ ਜਿਹੜਾ ਕੈਸਟ ਦਾ ਤੁਸੀਂ ਜ਼ਿਕਰ ਕੀਤਾ ਇਸ ਚੀਜ਼ ਦਾ ਅਸਰ ਪਾਕਿਸਤਾਨੀ ਫਿਲਮੀ ਦੇ ਗਾਇਕੀ ਇੰਡਸਟਰੀ ਤੇ ਵੀ ਪਿਆ ਹੈ ਕਿ ਜੋ ਵਿਕਣੋਂ हट ਗਈ ਹੈ ਨਹੀਂ ਜੀ ਸਾਰਾ ਕੁਝ ਨਟ ਨੇ ਆ ਕੇ ਮੈਂ ਸਮਝ ਨਾ ਕਿ ਖਰਾਬ ਕੀਤਾ ਹੈ ਫਾਇਦੇ ਵੀ ਨਹੀਂ ਦੇ ਔਰ ਇਹਦਾ ਨੁਕਸਾਨ ਵੀ ਹੈ ਇੱਕ ਆਦਮੀ ਇਹ ਉਹ 2 4 5 ਲੱਖ 10 ਲੱਖ ਸਾਡੇ ਤੇ 3.5 ਨੇ ਪੈਸੇ ਨਹੀਂ ਲਾਂਦੇ ਸਨ ਅਸੀਂ ਤਾਂ ਸਿੰਗਰਾਂ ਨੂੰ ਕਰੋੜਾ ਰੁਪਏ ਦਿੰਦੇ ਨੇ ਹੂੰ ਹੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਨੇ ਔਰ ਸਾਡੇ ਇਥੇ ਤੇ ਸਿੰਗਰਾਂ ਨੂੰ ਪ੍ਰੋਮੋਸ਼ਨ ਚਾਹੀਦੀ ਹੁੰਦੀ ਸੀ ਵੀਡੀਓ ਚਾਹੀਦਾ ਹੁੰਦਾ ਸੀ ਸਾਡੇ ਬਗੈਰ ਵੀਡੀਓ ਤੇ ਇੱਕ ਵੰਗਾ ਚੜਾ ਲਓ ਮੇਰੀ ਭੈਣ ਬਣੀ ਹੈ ਬੁਸ਼ਰਾ ਸਾਦ ਕੋਲ ਵੰਗਾ ਚੜਾ ਲਓ ਕੁੜੀਓ ਇਹ ਐਟ ਮਾਰਫ ਲੋਹਾਰ ਸਾਹਿਬ ਨੇ ਵੀ ਗਾਇਆ ਹੈ ਅਪਣਾ ਤੇ ਮੇਰੇ ਖਿਆਲ ਇੱਧਰ ਵੀ ਲਾਂਚ ਹੋਈ ਹੈ ਇੱਧਰ ਬਹੁਤ ਜ਼ਿਆਦਾ ਔਰ ਇਹ ਦੇ 5 6 ਹਿੱਸੇ ਕੀਤੇ ਨੇ ਮੈਂ ਪਾਰਟ 5 6 ਪਾਰਟ ਇਹ ਦੇ ਕੀਤੇ ਨੇ ਔਰ ਇਦੇ ਚ ਤਿੰਨ ਮਿਜ਼ੀਸ਼ਨ ਪਾਏ ਸੀ ਔਰ ਅੱਧੇ ਅੱਧੇ ਘੰਟੇ ਵਿੱਚ ਇਹ ਮਜ਼ਮੂਨ ਲਿਖਿਆ ਮੈਂ ਸਾਰਾ ਮੁxtਲਫ ਦਰਬਾਰਾਂ ਦਾ ਚੇਂਜ ਕਰਕੇ ਨਾ ਕੀ ਬਾਤ ਸ਼ਬਾਜ਼ ਕਲੰਦਰ ਸਰਕਾਰ ਦਾਤਾ ਸਾਹਿਬ ਜਿਨੇ ਵੀ ਦਰਬਾਰ ਨੇ ਤੇ ਬਰੀ امام ਸਰਕਾਰ ਪਿੰਡੀ ਵਾਲੇ ਤੇ ਉਹ 3-300 ਰੁਪਏ ਮੈਂ ਇੱਕ ਢੋਲ ਕੇ ਇੱਕ ਤਬਲਾ ਔਰ ਇੱਕ ਆਰਗਨ ਤੇ 2 ਘੰਟੇ ਚ ਅਸੀਂ ਰਿਕਾਰਡਿੰਗ ਕੀਤੀ ਏ ਉਹ ਪੀ ਐਮ ਸੀ ਕੰਪਨੀ ਹੁੰਦੀ ਸੀ ਇੱਕ ਉਹਨਾਂ ਅੱਗੇ ਸੀ 1500 ਰੁਪਏ ਦਾ ਇਹ ਨਾ ਇਹ ਤੇ ਖਰਚ ਆਇਆ ਤੇ 5000 ਦਾ ਉਹ ਮਾਸਟਰ ਦੇ ਦਿੱਤਾ ਓਕੇ ਤੇ ਉਹਨੇ ਚੋਕੇ ਪਰੇ ਸੁੱਟਿਆ ਉਹਨੇ ਕਹੇ ਜੀ ਇਹ ਮੈਨੂੰ ਨਹੀਂ ਚਾਹੀਦਾ ਉਹਨੇ 1000 ਰੁਪਏ ਇਸ ਤੋਂ ਰਿਲੀਜ਼ ਕੀਤਾ ਕਿਉਂਕਿ ਕੈਸਟ ਘੱਟ ਤੋਂ ਘੱਟ 1000 ਰੁਪਏ ਬੰਦਾ ਸੀ ਜਿਹੜਾ ਲੂਪ ਸਿਸਟਮ ਤੇ ਰਿਕਾਰਡ ਹੁੰਦਾ ਸੀ ਨਾ 1000 ਹੁੰਦਾ ਸੀ ਜਿਹੜਾ ਕਾਪੀ ਤੋਂ ਕਾਪੀ ਹੁੰਦਾ ਸੀ ਉਹਦਾ ਕੋ ਰਿਜ਼ਲਟ ਨਹੀਂ ਆਉਂਦਾ ਤੇ ਉਹਦੀ ਕੁਆਲਿਟੀ ਖਰਾਬ ਹੋ ਜਾਂਦੀ ਸੀ ਕਿਤੇ ਉਹਦੀ ਘੱਟ ਹੋ ਜਾਣੀ ਜਿਹਨੂੰ ਲੋਕੀ ਕਹਿੰਦੇ ਸੀ ساری ਟੇਪ ਬੈ ਗਈਏ ਕੈਸਟ ਬੈ ਗਈਏ ਤੇ ਉਹ ਫਿਰ तकरीबन 50000 ਟੇਪ ਰੋਜ਼ ਜਹਾਜ਼ ਤੇ ਆਉਂਦੀ ਰਹੀ ਲਾਹੌਰ ਦੇ ਵਿੱਚ ਫਿਰ ਸਵੇਰ ਸਵੇ ਜਿਹੜੀ ਚੀਜ਼ ਵੇਖਣੀ ਉਹਦੇ ਉੱਤੇ ਉਹੋ ਹੀ ਲੱਗੀ ਬੰਗਾ ਚੜਾ ਲਓ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ ਫਿਰ ਕੰਬਲੀ ਯਾਰ ਦੀ ਕੰਬਲੀ ਸੀ ਕਲਾਮ ਇੱਕ ਮੇਰਾ ਪਹਿਲਾ ਉਹ ਪਹਿਲੇ ਗੁਲਾਮ ਅਲੀ ਆਸ਼ਕ ਅਲੀ ਕਵਾਲ ਨੇ ਗਾਇਆ ਉਹ ਫਿਰ ਗੁਰਦਾਸ ਮਾਨ ਜੀ ਨੇ ਵੀ ਗਾਇਆ ਫਿਰ ਇਥੇ ਆਰਫ ਲੋਹਾਰ ਸਾਹਿਬ ਨੇ ਵੀ ਗਾਇਆ ਬਹੁਤ ਮਤਲਬ ਉਹ ਜਿਹਨੇ ਵੀ ਹੱਥੇ ਚੜਿਆ ਉਹਨੇ ਗਾਇਆ ਫਿਰ ਉਸੇ ਕਲਾਮ ਦੀ ਤਰਜ਼ ਤੇ ਮੈਂ ਅਜੀਜ਼ ਮੀਆਂ ਕਵਾਲ ਨਾਲ ਮੇਰਾ ਬੜਾ ਤਲਕ ਰਿਹਾ ਉਹਨਾਂ ਨੇ 40 50 ਵਾਲੀਅਮਾਂ ਕੀਤੇ ਉਹਦਾ ਕੁਝ ਮੈਂ ਸ਼ਰਾਬੀ ਸ਼ਰਾਬੀ ਸ਼ਾਇਦ ਤੁਸੀਂ ਸੁਣੇ ਹੋ ਬਹੁਤ ਹਿੱਟ ਬੰਦਾ ਸੀ ਜੀ ਜੀ ਤੇਰੀ ਸੂਰਤ ਨਗਾਹ ਹੋਵੇਂ ਫਿਰਤੀ ਰਹੇ ਤੇ ਉਹਨਾਂ ਲਈ ਫਿਰ ਮੈਂ ਲਿਖਿਆ ਅੱਖ ਲੜ ਗਈ ਯਾਰ ਨਾਲ ਲੜ ਗਈ ਹੂੰ ਉਹਨਾਂ ਨੇ ਫਿਰ ਉਸ ਤੋਂ ਬਾਅਦ ਮਨਮੋਹਨ ਵਾਰਿਸ ਨੇ ਇਥੇ ਉਹਨਾਂ ਨੇ ਉਹ ਗਾਇਆ ਹਾਂਜੀ ਬਿਲਕੁਲ ਬਿਲਕੁਲ ਬਲਕਿ ਮੈਂ ਇਹ ਕਹਾਂਗਾ ਕਿ ਆਨਲਾਈਨ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਹੈ ਥੋੜਾ ਮਸਲਾ ਕਿ ਉਹਨਾਂ ਨੇ 8 ਸਾਲ ਬਾਅਦ ਮੈਨੂੰ ਫੋਨ ਕਰਕੇ ਤੇ ਉਹ ਦੋਵਾਂ ਭਰਾਵਾਂ ਨੇ ਮੈਨੂੰ ਕਿਹਾ ਜੀ ਸਾਡੇ ਨੂੰ ਤੁਹਾਨੂੰ ਇੱਕ ਲਫਾਫਾ ਆ ਰਿਹਾ ਓਕੇ ਤੇ ਜਦੋਂ ਉਹ ਇੱਕ ਗਾਣਾ ਉਹਨਾਂ ਨੇ ਮੇਰਾ ਗਾਇਆ ਸੀ ਉਹ ਵੀ ਕਿਸੇ ਦਾ ਗਾਇਆ ਤੇ ਜਦੋਂ ਉਹ ਜੀਤ ਜਗਜੀਤ ਦੇ ਅਕਾਊਂਟ ਚੋਂ ਪੈਸੇ ਆਏ ਤੇ ਉਹ ਕਹਿੰਦੇ ਕਿ ਅਸੀਂ ਭੇਜ ਨਹੀਂ ਸਕਦੇ ਕਿਸੇ ਨੂੰ ਤੁਸੀਂ ਜਾਣਾ ਕਿਦੜੇ ਅਗਰ ਤੁਸੀਂ ਇੱਥੇ ਹੁੰਦੇ ਤੁਹਾਡੇ ਦਰਸ਼ਨ ਕਰਦੇ ਲੇਕਿਨ ਆ ਤੁਹਾਡੇ ਦੀ ਨਜ਼ਰ ਆ ਮੈਂ ਜਦੋਂ ਉਹ ਅਕਾਊਂਟ ਚ ਪੈਸੇ ਆਏ ਤੇ ਉਹਨਾਂ ਨੇ ਕਿਹਾ ਜੀ 31000 ਰੁਪਏ ਪਾਕਿਸਤਾਨ ਉਸ ਜੀਤ ਦੇ ਬਦਲੇ ਹਾਂ 62000 ਰੁਪਏ ਮੈਨੂੰ ਉਹਨੇ ਦਿੱਤਾ ਕੀ ਬਾਤ ਆ ਗਿਆ ਸਦਿਕ ਸਾਹਿਬ ਕਲਾ ਦਾ ਕੀ ਕਾਰਨ ਮੰਨਦੇ ਹੋ ਕਿ ਪਾਕਿਸਤਾਨ ਦੇ ਵਿੱਚ ਲੇਖਕ ਗਾਇਕ ਫਿਲਮੀ ਆਰਟਿਸਟ ਟੂ ਸਟੇ தி ਆਰਟਿਸਟ ਜ਼ਿਆਦਾ ਕਲਾ ਹੈ ਇਧਰ ਲਈ ਪੰਜਾਬ ਨਾਲੋਂ ਇਧਰ ਲਈ ਹਾਰਦ ਨਾਲੋਂ ਕੀ ਕਾਰਨ ਸਮਝਦੇ ਦੇ ਵਿੱਚ ਦੇਖੋ ਇਹ ਤੁਸੀਂ ਕਹਿ ਰਹੇ ਹੋ ਨਾ ਮੈਂ ਸਮਝੀ ਨਾ ਕਿ ਇੱਥੇ ਦੇ ਲੋਕਾਂ ਦਾ ਵੱਡਾ ਪੰਨੇ ਸਾਰੇ ਕਹਿੰਦੇ ਨੇ ਜੀ ਜੋ ਪਾਕਿਸਤਾਨ ਦਾ ਮਿਊਜ਼ਿਕ ਹੈ ਹਮ ਕਿ ਉੱਥੇ ਅੱਛੇ ਫਨਕਾਰ ਪੈਦਾ ਹੋਏ ਮੈਂ ਇਸ ਗੱਲ ਨਾਲ ਥੋੜਾ ਇਤਫਾਕ ਨਹੀਂ ਕਰਦਾ ਕਿਉਂਕਿ ਇਧਰ ਵੀ ਬਹੁਤ ਬਹੁਤ ਹੋਦੀ ਨੇ ਦੇਖੋ ਨਾ ਅਗਰ ਉਧਰ ਮੈਡਮ ਨਾ ਓਵਰਆਲ ਜਦੋਂ ਰਿਜ਼ਲਟ ਕੱਟਦੇ ਆ ਤਾਂ ਇਹ ਨਿਚੋੜ ਸਾਹਮਣੇ ਆਉਂਦਾ ਕਿ ਜ਼ਿਆਦਾ ਜ਼ਿਆਦਾ ਜਿਹੜੀ ਕਲਾਕਾਰੀ ਹੈ ਰੈਟਰਾਂ ਦੇ ਮੁਤਲਕ ਗੱਲ ਕਰੋਗੇ ਤੇ ਇਥੇ ਤੇ ਹਰ ਘਰ 'ਚ ਇੱਕ ਕੈਰੈਕਟਰ ਹੈ ਹੂੰ ਸਾਡੇ ਪਾਕਿਸਤਾਨ 'ਚ ਸਾਰੇ ਕੋਈ 25 ਰੈਟਰ ਹੋਣਗੇ ਨਹੀਂ ਪਰ ਇੱਥੇ ਤਾਂ ਜ਼ਿਆਦਾ ਕਮਰਸ਼ੀਅਲ ਹੋ ਗਿਆ ਨਾ ਸਿਸਟਮ ਕਲਾ ਘਟ ਹੈਗੀ ਹੈ ਕਲਾ ਉਧਰ ਜਿਹੜੀ ਇੱਕ ਗੂੜੀ ਕਲਾ ਇੱਕ ਵਾਕਈ ਇਹ ਇਹ ਨਾ ਸਿੱਖਣ ਦੀ وجہ ਤੋਂ ਹੂੰ ਜਦੋਂ ਕੋਈ ਬੰਦਾ ਸਿੱਖ ਕੇ ਆਏਗਾ ਨਾ ਪ੍ਰਾਪਰ ਜਿਹਨੇ ਮਿਹਨਤ ਕੀਤੀ ਹੋਗੀ ਹੁਣ ਮੈਂ ਰੁਲਿਆ ਪੈਂ 35 ਸਾਲ ਦਿੱਤੇ ਨੇ ਆਪਣੀ ਜ਼ਿੰਦਗੀ ਦੇ ਇਸ ਕੰਮ ਨੂੰ ਓਕੇ ਮਨੇ 14 ਸਾਲ ਤੋਂ ਲੱਗ ਕੇ ਤੇ ਹਿਸਾਬ ਲਾ ਲਓ 53 ਸਾਲ ਮੇਰੀ ਏਜ ਹੋ ਗਈ ਹੈ ਤੇ ਮੈਂ ਇੱਕ ਇੱਕ ਗਾਣੇ ਵਾਸਤੇ ਇੱਕ ਇੱਕ ਸ਼ੇਅਰ ਵਾਸਤੇ ਮੈਂ ਆਪਣੀ ਫੈਕਟਰੀ ਸੀ ਮੇਰਾ ਮੈਂ ਪਹਿਲੇ ਸ਼ਾਇਦ ਤੁਹਾਡੇ ਇੰਟਰਵਿਊ ਚ ਕਹਿ ਚੁੱਕਿਆ ਹਾਂ ਮੇਰੇ ਕੋਲ ਲੋਕ ਕੰਮ ਕਰਦੇ ਸਨ ਮੈਂ ਖੁਸ਼ਹਾਲ ਸਾਂ ਮੈਂ ਮੇਰਾ ਕਾਰੋਬਾਰ ਤਬਾਹ ਹੋ ਗਿਆ ਮੈਂ ਬੱਚੇ ਲੈ ਕੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਅਗਰ ਤੁਸੀਂ ਮੇਰਾ 40 45000 ਕਲਾਮ ਸ਼ਾਇਦ ਹੁਣ ਮੇਰੇ ਹਿਸਾਬ ਨਾਲ 50000 ਤੱਕ ਪਹੁੰਚਣ ਵਾਲਾ ਹੋ ਗਿਆ ਹੈ ਠੀਕ ਹੈ ਤੇ ਤੁਹਾਨੂੰ ਕੋਈ ਗੀਤ ਐਸਾ ਨਹੀਂ ਮਿਲੇਗਾ ਜਿਹੜਾ ਬੇਵਜ਼ਨ ਹੋਏਗਾ ਹਮ ਕੱਚਾ ਹੋਏਗਾ ਜਿਹੜਾ ਕੱਚਾ ਹੋਏਗਾ ਜਿਹਦਾ ਰੁਕਣ ਗਿਰਿਆ ਹੋਏਗਾ ਔਰ ਜਿਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੋਏਗੀ ਹਮ ਹਮ ਪਾਕਿਸਤਾਨ 'ਚ ਇਹ ਪ੍ਰਥਾ ਹੈ ਕਿ ਸਿੰਗਿੰਗ ਨੂੰ ਕਮੇਡੀ ਨੂੰ ਫਿਲਮਾਂ ਨੂੰ ਲਖਾਰੀ ਨੇ ਜਿਹੜੇ ਸਿੱਖ ਕੇ ਹੁੰਦੇ ਨੇ ਹਾਂਜੀ ਪ੍ਰਾਪਰ ਨਹੀਂ ਲਖਾਰੀ ਤੇ ਖੈਰ ਸਿੱਖਣ ਵਾਲੀ ਗੱਲ ਕੋਈ ਨਹੀਂ ਹੁੰਦੀ ਉਹ ਤੇ ਕੁਦਰਤੀ ਤੌਰ ਤੇ ਆ ਹਮ ਹਮ ਕਿ ਇੱਕ ਬੱਚਾ ਜਿਸ ਤਰ੍ਹਾਂ ਮੀਰ ਤਕੀ ਮੀਰ ਸੀ ਸ਼ਾਇਦ ਕਿ ਕੋਈ ਵੱਡਾ ਸ਼ਾਇਰ ਸੀ ਤੇ ਉਹ ਇੱਕ ਬੱਚਾ ਬੈਠਾ ਸੀ ਤੇ ਉਹ কই ਜਾ ਰਿਆ ਸੀ ਚਮਨ ਸਿਆ ਰਹੀ ਹੈ ਬੂਏ ਕਵਾਬ ਚਮਨ ਸਿਆ ਅਗੋਂ ਲੈਨ ਨਹੀਂ ਬਣ ਰਹੀ ਤੇ ਉਹ ਬੱਚਾ ਨਾਲੀ ਤੇ ਬੈਠ ਕੇ ਪਿਸ਼ਾਬ ਕਰ ਰਿਆ ਸੀ ਉਹਨੇ ਕਿਹਾ ਕਿਸੇ ਬুলਬুল ਦਾ ਦਿਲ ਜਲਾ ਹੋਗਾ ਸੁਣਿਆ ਕਿ ਉਹ ਮਿਰਜ਼ਾ ਗਾਲिब ਸੀ ਜਾਂ ਕੋਈ ਵੱਡਾ ਸ਼ਾਇਰ ਸੀ ਵੱਡੇ ਸ਼ਾਇਰਾਂ ਚ ਸੀ ਹਮ ਹਮ ਮੈਂ ਉਹ ਬੱਚੇ ਨੇ ਛੋਟੀ ਉਮਰ ਚ ਮਤਲਬ ਕਿ ਮੈਂ ਤੇ 14 ਸਾਲਾਂ ਤੋਂ ਜਾਂ 13 ਸਾਲਾਂ ਤੋਂ ਸ਼ੁਰੂ ਹੋਇਆ ਤੇ ਉਹ 4-5 ਸਾਲ ਦਾ ਬੱਚਾ ਸੀ 6 ਸਾਲ ਦਾ ਤੇ ਉਹਨੇ ਇਹ ਕਹਿੰਦਾ ਹਮ ਯਾਨੀ ਕਿ ਤੁਸੀਂ ਇੱਕ ਜਿਹੜੀ ਸਾਦਿਕ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਕਾਫੀ ਇੱਕ ਵਜ਼ਨ ਵਾਲੀ ਗੱਲ ਹੈਗੀ ਹੈ ਕਿ ਕਮਰਸ਼ੀਅਲ ਐਂਗਲ ਤੋਂ ਜਦੋਂ ਅਸੀਂ ਟੀਵੀ ਦੇ ਉੱਪਰ ਆਉਣ ਦੀ ਇੱਛਾ ਰੱਖ ਰਹੇ ਹਾਂ ਲਿਖਣ ਦੀ ਇੱਛਾ ਰੱਖ ਰਹੇ ਹਾਂ ਫਿਲਮਾਂ ਵਿੱਚ ਆਉਣ ਦੀ ਇੱਛਾ ਰੱਖ ਰਹੇ ਹਾਂ ਉਹਦੇ ਪਿੱਛੇ ਥੋੜੀ ਜੀ ਮਿਹਨਤ ਵੀ ਕਰਨੀ ਪੈਗੀ ਮੁਸ਼ੱਕਤ ਵੀ ਕਰਨੀ ਪੈਗੀ ਸਾਨੂੰ ਸਟਰਗਲ ਜਿਹੜਾ ਹੈਗਾ ਉਹ ਪੀਰੀਅਡ ਦੇ ਵਿੱਚ ਦੌਰ ਦੇ ਵਿੱਚੋਂ ਗੁਜ਼ਰ ਕੇ ਆਵਾਂਗੇ ਜਦੋਂ ਉਹਦੇ ਨਿਖਾਰ ਆਏਗਾ ਸਾਡੀ ਕਲਾ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਸਾਡੇ ਪਾਕਿਸਤਾਨੀ ਭਰਾਵਾਂ ਲਈ ਸਾਡੇ ਭਾਰਤੀ ਭਰਾਵਾਂ ਲਈ ਪੰਜਾਬੀ ਦੋਵੇਂ ਪੰਜਾਬਾਂ ਦੇ ਪੰਜਾਬਾਂ ਦੇ ਜਿਹੜੇ ਕਲਾਕਾਰ ਨੇ ਉਹਨਾਂ ਲਈ ਕੋਈ ਖਾਸ ਸੁਨੇਹਾ ਸੱਚ ਬੋਲੋ ਸਾਡੇ ਨਵੀਂ ਪਾਕ ਦਾ ਫਰਮਾਨ ਹੈ ਇੱਕ ਆਦਮੀ ਉਹਨਾਂ ਦੇ ਕੋਲ ਗਿਆ ਸਰਕਾਰ ਮੈਂ ਸ਼ਰਾਬ ਪੀਣਾ ਸਰਕਾਰ ਕਹਿੰਦੇ ਸੱਚ ਬੋਲਿਆ ਕਰ ਉਹਨੇ ਕਿਹਾ ਜੀ ਮੈਂ ਫਲਾ ਕੰਮ ਕਰਨਾ ਉਹਨੇ ਕਿਹਾ ਜੀ ਸੱਚ ਬੋਲਿਆ ਕਰ ਉਹਨੇ ਕਿਹਾ ਜੀ ਮੈਂ ਚੋਰੀ ਕਰਨਾ ਮੈਂ ਕਹਿੰਦਾ ਜੀ ਸੱਚ ਬੋਲਿਆ ਕਰ ਚੂਰ ਛੱਡ ਦੇ ਉਹ ਜਦੋਂ ਕੋਈ ਕੰਮ ਕਰਨ ਲੱਗਦਾ ਸੀ ਤੇ ਉਹ ਕਹਿੰਦਾ ਸੀ ਜੇ ਹੁਣ ਮੈਨੂੰ ਪੁੱਛਿਆ ਤੇ ਮੈਨੂੰ ਸੱਚ ਬੋਲਣਾ ਪੈਗਾ ਹੂੰ ਤੇ ਉਹਦੇ ਸਾਰੇ ਐਬ ਦੂਰੋ ਐਬ ਦੂਰ ਹਮੇਸ਼ਾ ਬੰਦੇ ਨੂੰ ਸੱਚਾ ਹੋਣਾ ਚਾਹੀਦਾ ਹੈ ਜੋਸ਼ ਦਿਲ ਦੇ ਦਿਲ 'ਚ ਉਹ ਹੀ ਮੂੰਹ ਤੇ ਹੋਣਾ ਚਾਹੀਦਾ ਤੇ ਇਹ ਦੁਨੀਆ ਚਾਰ ਦਿਨਾਂ ਦਾ ਮੇਲਾ ਹੈ ਇੱਥੇ ਚੰਗਾ ਬੀਜ ਕੇ ਜਾਓਗੇ ਤੇ ਚੰਗਾ ਵੱਡੋਗੇ ਕੀ ਬਾਤ ਹੈ ਇਹ ਕਦੀ ਨਹੀਂ ਹੋ ਸਕਦਾ ਕਿ ਤੁਸੀਂ ਕਣਕ ਬੀਜੋ ਹੂੰ ਤੇ ਉੱਥੇ ਛੋਲੇ ਉਗ ਪੈਣ ਹੂੰ ਜੋ ਬੀਜੋਗੇ ਵੱਡਣਾ ਤੁਸੀਂ ਉਹ ਹੀ ਹੈ ਬਿਲਕੁਲ ਇਹ ਗੁਰਬਾਣੀ 'ਚ ਵੀ ਲਿਖਿਆ ਹੈ ਹਾਂ ਸਸੇ ਖੀ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਤੁਸੀਂ ਸਰਾਧੋਪਾਰ ਪੰਜਾਬ ਦੇ ਵਿੱਚ ਆਏ ਖਾਸ ਤੌਰ ਤੇ ਆਪਣੀ ਮਸ਼ਰੂਫੀਤ ਭਰੇ ਸਮੇਂ ਦੇ ਵਿੱਚੋਂ ਕੁਝ ਪਲ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਬਹੁਤ ਮਿਹਰਬਾਨੀ ਸ਼ੁਕਰੀਆ ਅੱਲਾਹ ਸਲਾਮਤ ਰੱਖੀ ਥੈਂਕ ਯੂ ਥੈਂਕ ਯੂ ਦਰਸ਼ਕਾਂ ਦਾ ਧੰਨਵਾਦ ਆਪਣੀ ਫੀਡਬੈਕ ਸਾਨੂੰ ਜ਼ਰੂਰ ਭੇਜੋ ਐਸ ਐਮ ਸਾਦਿਕ ਸਾਹਿਬ ਦੇ ਕੇ ਵਿਸ਼ੇਸ਼ ਤੌਰ ਤੇ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਤਸ਼ਰੀਫ ਲੈ ਕੇ ਆਏ ਸੀ ਇੱਕ ਫਿਲਮ ਦੇ سلسلے ਦੇ ਵਿੱਚ ਤੇ ਉਹਨਾਂ ਨੇ ਆਪਣੀ ਇਸ ਮੁਲਾਕਾਤ ਦੇ ਦੌਰਾਨ ਕਾਫੀ ਸਾਰੀਆਂ ਜਿਹੜੀਆਂ ਪਰਸਨਲ ਗੱਲਾਂ ਨੇ ਆਪਣੀ 뮤직 ਇੰਡਸਟਰੀ ਦੀਆਂ ਗੱਲਾਂ ਨੇ ਆਪਣੀ ਕਲਮ ਦੀਆਂ ਗੱਲਾਂ ਨੇ ਸਾਡੇ ਨਾਲ